ਦਾ ਅਕਾਊਂਟ ਨਹੀਂ ਖੁੱਲੇ ਨਹੀਂ ਜੀ ਬਿਲਕੁਲ ਵੀ ਨਹੀਂ ਖੁੱਲਿਆ ਕਦੀ ਵੀ ਨਹੀਂ ਖੁੱਲਿਆ ਕਦੀ ਵੀ ਨਹੀਂ ਖੁੱਲਿਆ ਕਦੀ ਬਚਪਨ ਚ ਖੁੱਲਿਆ ਹੋਵੇ ਨਹੀਂ ਨਹੀਂ ਬਚਪਨ ਚ ਵੀ ਨਹੀਂ ਖੁੱਲਿਆ ਤੁਸੀਂ ਕਨਸੀਡਰ ਕਰੋ ਬਚਪਨ ਚ ਅਕਾਊਂਟ ਖੁੱਲਿਆ ਹੋਵੇ ਤਾਂ ਨਹੀਂ ਜੀ ਹੈ ਬਚਪਨ ਚ ਵੀ ਨਹੀਂ ਖੁੱਲਿਆ ਤੁਸੀਂ ਕੌਣ ਖੁੱਲਵਾਉਣਾ ਹਾਂ ਜੀ ਮੈਂ ਅਕਾਊਂਟ ਖੁੱਲਵਾਉਣਾ ਹੈ ਓਟ ਕੋਟ ਅਜੇ ਪਹਿਲੇ ਅਕਾਊਂਟ ਨਹੀਂ ਖੁੱਲਵਾਇਆ ਨਹੀਂ ਨਹੀਂ ਪਹਿਲੇ ਕਦੀ ਵੀ ਨਹੀਂ ਖੁੱਲਵਾਇਆ ਸਵੇਰ ਦਾ ਜੀ ਇਹ ਬਾਤ ਬਹੁਤ ਅੱਛਾ ਅੱਜ ਸਵੇਰ ਦਾ ਕੌਣ ਹੀ ਨਹੀਂ ਖੁੱਲਵਾਇਆ ਬੜੀ ਗੱਲ ਹੈ ਜਿਹੜੀ ਕਿ ਬੰਦੇ ਨੇ ਸ਼ਰੀਫ ਹੋ ਗਏ ਕੌਣ ਹੀ ਖੁੱਲਵਾਇਆ ਇਹ ਹੁਣ ਖਾ ਕੇ ਕੀ ਆਈ ਖਾ ਖਾ ਕੇ ਕੀ ਆਈ ਮੈਂ ਜੀ ਮਟਨ ਕੜਾਈ ਖਾ ਕੇ ਆਇਆ ਮੈਂ ਜੀ ਮਟਨ ਕੜਾਈ ਖਾ ਕੇ ਆਇਆ ਕਿੰਨੇ ਦਾ ਖਾ ਕੇ ਆਈ ਹੈ ਕਿੰਨੇ ਵਜੇ ਖਾ ਕੇ ਕਿੰਨੇ ਦਾ ਕਿੰਨੇ ਪੈਸੇ ਕਿੰਨੇ ਦਾ ਖਾ 10,000 ਦਾ ਬਿੱਲ ਬਣਿਆ ਜੀ 10,000 ਦਾ ਬਿੱਲ ਬਣਿਆ ਇਹ ਅਕਾਊਂਟ ਖੁੱਲਿਆ ਨਹੀਂ ਤੇ 10,000 ਕਿੱਥੋਂ ਭਰ ਆਈ ਅਕਾਊਂਟ ਵੀ ਖੁੱਲਿਆ ਤੇ 10,000 ਕਿੱਥੋਂ ਭਰ ਆਇਆ ਹਾਂ ਅੱਛਾ ਮੈਂ ਸਮਝ ਗਿਆ 10,000 ਉਹਨੇ ਦਿੱਤੇ ਉਹਨੇ ਜਿਹਨੇ ਅਕਾਊਂਟ ਖੋਲਿਆ ਹੋਣਾ ਹਾਂ ਉਹਨੇ 10 ਭਰਿਆ ਹੋਣਾ ਜਿਹਨੇ ਅਕਾਊਂਟ ਖੋਲਿਆ ਹਾਂ ਉਹ ਤੁਸੀਂ ਕੀ ਕਹਿ ਰਹੇ ਹੋ ਹੁੰਦਾ ਕੁਝ ਬੰਦੇ ਬਿੱਲ ਦੇ ਕੇ ਨਿਕਲ ਜਾਂਦੇ ਹਾਂ ਹਾਂ ਕੋਈ ਗੱਲ ਨਹੀਂ ਸ਼ਾਬਾਸ਼ ਅੱਛਾ ਤੇ ਇਹ ਨਹੀਂ ਕਿ ਤੁਹਾਡਾ ਅਕਾਊਂਟ ਖੁੱਲਿਆ ਨਹੀਂ ਦਿਓ ਪੈਸੇ ਹਾਂਜੀ ਖੁੱਲਿਆ ਕਿੰਨੇ ਪੈਸੇ ਨੇ ਅਕਾਊਂਟ 15 ਲੱਖ ਖੁੱਲਿਆ ਇਹ ਉਹਦੇ ਕੋਲ ਗਿਆ ਖਲਵਾਉਣ ਦੀ ਟੈਨਸ਼ਨ ਕਿਉਂ ਨਹੀਂ ਕਿ ਮੈਂ 15 ਲੱਖ ਰੁਪਇਆ ਜਮ੍ਹਾਂ ਕਰਾਉਣਾ ਹਾਂ ਉਹਨੂੰ ਪੁੱਛੇ ਪੈਸੇ ਕਿੱਥੇ ਹਾਂ ਇਹ ਉਹੀ ਗਈ ਕੋਈ ਗੱਲ ਠੀਕ ਇਸ ਬ੍ਰਾਂਚ ਇਸ ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਦੇ ਬੰਦਾ ਉਹ ਕਿੱਡਾ ਹੋਇਆ ਕੋਈ 15 ਦਿਓ ਜੀ ਪੈਸੇ 15 ਲੱਖ ਰੁਪਇਆ ਦੇ ਕੋਲ ਲੈ ਕੇ ਨਾ ਮੈਨੂੰ 10 ਲੱਖ ਰੁਪਇਆ ਦੇਣਾ ਮੈਂ ਸਦਰ ਚ ਮਾਮ ਤੁਹਾਨੂੰ ਉਹ ਤੁਹਾਡੇ ਆਪਣੇ ਪਾਣੋ ਕੋਲ ਤੇ ਗਿਆ ਹਾਂ ਸ਼ਾਬਾਸ਼ ਆਓ ਜੋ 15 ਲੱਖ ਕੌਣ ਖੋਲੀਏ ਤਾਂ ਜੀ ਪਹਿਲੇ ਮੇਰਾ ਅਕਾਊਂਟ ਖੋਲੋ ਪਹਿਲੇ ਪੈਸੇ ਦੇ ਦਿਓ ਨਹੀਂ ਨਹੀਂ ਪਹਿਲੇ ਅਕਾਊਂਟ ਖੋਲੋ ਨਹੀਂ ਨਹੀਂ ਪਹਿਲੇ ਪੈਸੇ ਦੇਣੇ ਪੈਣਗੇ ਨਹੀਂ ਨਹੀਂ ਪਹਿਲੇ ਮੇਰਾ ਅਕਾਊਂਟ ਇਸ ਬਹਿਸ ਵਿੱਚ ਆਇਆ ਹੈ ਐਸੀ ਆਣਾ ਇਹ ਕੀ ਹੈ ਕੀ ਹੋ ਰਿਹਾ ਹੈ ਕੀ ਹੋ ਰਿਹਾ ਹੈ ਇਸ ਬੈਂਕ ਦਾ ਸੂਰ ਪਹਿਲੇ ਪੈਸੇ ਓਏ ਕੀ ਹੋ ਰਿਹਾ ਹੈ ਇਹ ਕੀ ਹੋ ਰਿਹਾ ਹੈ ਕੌਣ ਹੈ ਇਹ ਕੌਣ ਹੈ ਓਏ ਕੌਣ ਦੀ ਖਲਵਾ ਰਹੀ ਹੈ ਹਾਂ ਤੇ ਪੈਸੇ ਨਹੀਂ ਦੇ ਰਹੀ ਪੈਸੇ ਨਹੀਂ ਦੇ ਪੈਸੇ ਪੈਸੇ ਨਹੀਂ ਨਹੀਂ ਪੈਸੇ ਕਿੰਨੇ ਪੈਸੇ ਨਹੀਂ ਕੋਲ ਕਿੰਨੇ ਪੈਸੇ ਨੇ 15 ਲੱਖ ਰੁਪਿਆ 15 ਲੱਖ ਰੁਪਿਆ 15 ਲੱਖ ਰੁਪਿਆ ਹਾਂਜੀ ਦੇ ਦਿਆ ਹੋਰ ਕੋਈ ਚੀਜ਼ ਹੈ ਹੋਰ ਕੋਈ ਚੀਜ਼ ਹੈ ਹਾਂਜੀ ਹੈ ਹੈ ਕੀ ਜਵਾਨੀ ਮੇਰੀ ਜਵਾਨੀ ਨਹੀਂ ਇਹ ਤੀਸਰੀ ਤੇ ਹੈ ਅਕੀ ਦੇ ਤੀਸਰੀ ਹੋਰ ਕੋਈ ਚੀਜ਼ ਹੈ ਕਹਿੰਦੀ ਹਾਂਜੀ ਹੈ ਉਹ ਵੀ ਦੇ ਦੇ ਹਾਂ ਕੁਛ ਹੈ ਹਾਂਜੀ ਹੈ ਹੋਰ ਤੀਸਰੀ ਤੇ ਜਵਾਨੀ ਜੀ ਮੇਰੀ ਖੂਬਸੂਰਤ ਜਵਾਨੀ ਜਵਾਨੀ ਹੈ ਜਵਾਨੀ ਹੈ ਹਾਂਜੀ ਹੈ ਦੇ ਦੇ ਇਹ ਆਊਟ ਹੋਇਆ ਬੰਦਾ ਪਤਾ ਨਹੀਂ ਅੰਦਰ ਕੁਝ ਲੁਕਾਇਆ ਹੈ ਬੰਦਾ ਪਤਾ ਨਹੀਂ ਸਾੜੀ ਦੇ ਅੰਦਰ ਅੰਦਰ ਕੁਝ ਲੁਕਾਇਆ ਫਿਰ ਉਹ ਕਰਾਉਣਾ ਇਸ ਬਾਤ ਬੜੀ ਤਸੀਰ ਹੈ ਪੰਜਾਬੀ ਇਸ ਬੰਦੇ ਨੂੰ ਉਹਨਾਂ ਕੰਮ ਬਦਲ ਕੇ ਹੋਰ ਕਰਨਾ ਚਾਹੀਦਾ ਇਸ ਬਾਤ ਬੜੀ ਤਸੀਰ ਹੈ ਪੈਸੇ ਕੱਢ ਲਈ ਨਹੀਂ ਮੈਨੂੰ ਕੋਈ ਸ਼ੱਕ ਲੱਗ ਰਿਹਾ ਮੈਂ ਇਸ ਬੈਂਕ ਦੀ ਅਕਾਊਂਟ ਜਮ੍ਹਾਂ ਨਹੀਂ ਕਰਾਣਾ ਨਹੀਂ ਮੈਨੂੰ ਕੋਈ ਸ਼ੱਕ ਲੱਗ ਰਿਹਾ ਮੈਂ ਇਸ ਬੈਂਕ ਇਹ ਤੋਂ ਪਿਸਤੌਲ ਕਰਨਾ ਇਹ ਤੋਂ ਪਿਸਤੌਲ ਕਰਨਾ ਪੈਸੇ ਤੇ ਤੈਨੂੰ ਦੇਣੇ ਪੈਣਗੇ ਇਹ ਘਬਰਾਈਏ ਇਹ ਸੈਂਟਰ ਚਾਹੀਏ ਹੁਣ ਸੈਂਟਰ ਇਹ ਕੀ ਕਰ ਰਹੇ ਹੋ ਕਿਹੜਾ ਬੈਂਕ ਜੀ ਤੇ ਕੌਣ ਹੋ ਤੁਸੀਂ ਅਸੀਂ ਡਾਕੂ ਅਸੀਂ ਕੌਣ ਹੈ ਤੁਸੀਂ ਹੁਣ ਤੁਹਾਡੇ ਨਾਲ ਹੈ ਤੁਹਾਨੂੰ ਕਿਹਾ ਮੈਨੂੰ ਬਚਾ ਲਓ ਅੱਗੇ ਲੱਗ ਨੀ ਅੱਗੇ ਲੱਗ ਪੂਰਾ ਰਾਊਂਡ ਕਰਨਾ ਪੂਰਾ ਰਾਊਂਡ ਕਰਨਾ ਦੌੜ ਲਗੇ ਮਿਊਜ਼ਿਕ ਗਾਣਾ ਲਓ ਜੀ ਕੱਲ ਸਾਡੇ ਨਹੀਂ ਨਹੀਂ ਅਕਸਰ ਤੇ 16 ਸਾਲ ਦੀ ਉਮਰ ਚ ਖੁੱਲ ਜਾਂਦਾ ਅਕਸਰ ਜੀ ਸਾਡੇ ਇਲਾਕੇ ਵਿੱਚ ਤੇ 16 17 ਸਾਲ ਦੀ ਉਮਰ ਚ ਕੌਣ ਖੁੱਲਦਾ ਇਹ ਕੀ ਕਹਿ ਰਹੇ ਹੋ ਤੁਸੀਂ ਹੈਰਾਨ ਕਰਦਾ ਤੁਸੀਂ ਕਿ ਤੁਹਾਡਾ ਅਕਾਊਂਟ ਹੀ ਨਹੀਂ ਖੁੱਲਦਾ ਅੱਛਾ ਨਹੀਂ ਇਹ ਜਦੋਂ ਕਿਹਾ ਨਾ ਤੁਸੀਂ ਸਾਡੇ ਚ 16 17 ਸਾਲ ਦੀ ਉਮਰ ਚ ਖੁੱਲ ਜਾਂਦਾ ਇਹ ਕੀ ਕਹਿ ਰਹੇ ਹੋ 16 17 ਸਾਲ ਦੀ ਉਮਰ ਚ ਕਿਵੇਂ ਖੁੱਲ ਜਾਂਦਾ ਹੈ ਇਹ ਕੀ ਕਹਿ ਰਹੇ ਹੋ 16 17 ਸਾਲ ਦੀ ਉਮਰ ਚ ਕਿਵੇਂ ਖੁੱਲ ਜਾਂਦਾ ਹੈ ਸ਼ਨਾਖਤੀ ਕਾਰਡ ਬਣਨ ਤੋਂ ਪਹਿਲੇ ਤੇ ਖੁੱਲਦਾ ਨਹੀਂ ਤੇ 18 ਸਾਲ ਦੀ ਉਮਰ ਚ ਬਣਦਾ ਸ਼ਨਾਖਤੀ ਕਾਰਡ ਸ਼ਨਾਖਤੀ ਕਾਰਡ ਤੋਂ ਬਣਨ ਤੋਂ ਪਹਿਲੇ ਤੇ ਖੁੱਲਦਾ ਨਹੀਂ ਤੇ 18 ਸਾਲ ਦੀ ਉਮਰ ਅਗਲੇ ਸ਼ਨਾਖਤੀ ਕਾਰਡ ਦਾ ਇੰਤਜ਼ਾਰ ਨਹੀਂ ਕਰਦੇ ਕਾਰਡ ਦਾ ਇੰਤਜ਼ਾਰ ਨਹੀਂ ਕਰਦੇ ਆਹ ਬਸ ਸ਼ਨਾਖਤੀ ਅਲਾਮਤਾਂ ਸਾਹਮਣੇ ਨਜ਼ਰ ਆਣ ਤੇ ਖੋਲ ਦਿੰਦੇ ਨੇ ਸ਼ਨਾਖਤੀ ਕਾਰਡ ਦਾ ਇੰਤਜ਼ਾਰ ਨਹੀਂ ਕਰਦੇ ਬਸ ਸ਼ਨਾਖਤੀ ਅਲਾਮਤਾਂ ਨਜ਼ਰ ਆਣ ਤੇ ਅਕਾਊਂਟ ਖੋਲ ਦਿੰਦੇ ਨੇ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਅੱਛਾ ਮੇਰਾ ਇਸ ਤੋਂ ਪਹਿਲੇ ਕਦੀ ਅਕਾਊਂਟ ਨਹੀਂ ਖੁੱਲਿਆ ਨਹੀਂ ਜੀ ਹਾਂ ਨਹੀਂ ਜੀ ਨਹੀਂ ਮੇਰਾ ਕਿਸ ਤਰ੍ਹਾਂ ਸਮਝਾਵਾਂ ਉਹ ਗੱਲ ਵਧਾਣੀ ਹੈ ਨਹੀਂ ਜੀ ਨਹੀਂ ਮੇਰਾ ਇਸ ਤੋਂ ਪਹਿਲੇ ਕਦੀ ਵੀ ਅਕਾਊਂਟ ਨਹੀਂ ਖੁੱਲਿਆ ਕਦੀ ਸੁੱਤੇ ਹੋਵੋ ਉੱਠੇ ਹੋਵੋ ਤੁਹਾਨੂੰ ਪਤਾ ਲੱਗਿਆ ਕਿ ਤੁਹਾਡਾ ਸੁੱਤੇ ਆਵੇ ਕੋ ਅਕਾਊਂਟ ਖੋਲ ਗਿਆ ਨਹੀਂ ਜੀ ਨਹੀਂ ਕਦੀ ਵਿਆਹ ਤੇ ਗਏ ਹੋ ਕਿਸੇ ਦੇ ਅਕਾਊਂਟ ਨੂੰ ਹੱਥ ਲੱਗ ਗਿਆ ਓਹੋ ਬਿਲਕੁਲ ਵੀ ਨਹੀਂ ਕਦੀ ਤੁਸੀਂ ਬੱਸ 'ਚ ਬੈਠੇ ਹੋ ਨਾਲ ਦੇ ਬੰਦੇ ਨੇ ਕਿਹਾ ਹੋਵੇ ਤੁਸੀਂ ਮੇਰੇ ਅਕਾਊਂਟ ਤੇ ਬਹਿ ਗਏ ਹੋ
ਸਿਰਫ ਵਿਖਾ ਦਿਓ ਨਹੀਂ ਜੀ ਇਹ ਜੇ ਕਾਰੋਬਾਰੀ ਬਿਲਕੁਲ ਜੀ ਮਜ਼ੇਦਾਰ ਐਂਟਰੀ ਹੋਏਗੀ ਸ਼ਾਬਾਸ਼ ਇੱਥੇ ਮੈਂ ਅਕਾਊਂਟ ਖੋਲਣਾ ਚਾਹੁੰਦਾ ਨਾ ਲਿਆਓ ਪੈਸੇ ਤੇ ਖੋਲੀਏ ਕੌਣ ਨਹੀਂ ਲਿਆਓ ਪੈਸੇ ਅਕਾਊਂਟ ਖੋਲ ਦੇ ਕਿ ਉਹਨਾਂ ਨੂੰ ਤੁਸੀਂ ਮਾਲਕ ਹੋ ਪਹਿਲੇ ਤੁਸੀਂ ਪੁੱਛਣਾ ਕਿ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਇੱਥੇ ਅਸੀਂ ਹੁਣ ਮਾਲਕ ਹਾਂ ਤੁਸੀਂ ਮਾਲਕ ਹੋ ਬੈਂਕ ਦੇ ਸਾਡੇ ਇਸ਼ਾਰੇ ਤੇ ਚੱਲਦਾ ਇੱਥੇ ਬੈਂਕ ਹੋਣਾ ਸੱਚੀ ਮੁੱਚੀ ਇੱਧਰ ਉਂਗਲਾਂ ਕਰਦੇ ਪਰ ਮੇਰਾ ਅਕਾਊਂਟ ਕਿਨੇ ਖੋਲਿਆ ਅਸੀਂ ਪੈਸੇ ਤਾਂ ਦਿਓ ਹਾਂ ਹਾਂ ਪੈਸੇ ਦਿਓ ਮੈਂ ਨਹੀਂ ਬਾਕੀ ਬੈਂਕ ਦਾ ਅਮਲਾ ਲਿਆ ਸਾਰੇ ਬੰਦੇ ਇਕੱਠੇ ਕਰ ਫਿਰ ਮੇਰਾ ਅਕਾਊਂਟ ਖੁੱਲੇਗਾ ਐ ਸੀ ਪੈਸੇ ਦੇ ਦਵਾ ਤੁਸੀਂ ਇਸ ਬੈਂਕ ਵਿੱਚ ਕਰ ਲਿਓ ਕੋਈ ਅਮਲਾ ਨਹੀਂ ਹੈ ਬਾਕੀ ਅਮਲਾ ਲਿਆਓ ਫਿਰ ਮੈਂ ਅਕਾਊਂਟ ਖੁਲਵਾਵਾਂਗੀ ਇਹ ਕੰਮ ਪੂਰੇ ਅਮਲੇ ਦਾ ਬੜਾ ਸਖਤ ਅਕਾਊਂਟ ਲੱਗ ਰਿਹਾ ਕਹਿੰਦੀ ਬੰਦੇ ਬੁਲਾਓ ਸਾਰੇ ਤੇ ਫਿਰ ਅਕਾਊਂਟ ਖੁੱਲੇਗਾ ਉਸ ਬੰਦੇ ਨੇ ਅਕਾਊਂਟ ਪਾਈ ਤੁਸੀਂ ਅੱਜ ਘਰ ਨਹੀਂ ਜਾਣਾ ਤੁਸੀਂ ਇਹਦਾ ਅਕਾਊਂਟ ਖੋਲ ਕੇ ਜਾਣਾ ਅਕਾਊਂਟ ਸਰਦਾਰ ਤੁਸੀਂ ਅਕਾਊਂਟ ਖੁਲਵਾਉਣਾ ਜੀ